ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਵੀਜ਼ਾ ਰੇਡੀਓ ਦੇ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਅੱਜ ਗੱਲ ਕਰਾਂਗੇ ਕੈਨੇਡਾ ਨੌਨ ਐਸ ਡੀ ਐਸ ਕੇਸਾਂ ਦੀ। ਗੱਲ ਇਸ ਕਰਕੇ ਕਰਨੀ ਪੈ ਰਹੀ ਹੈ ਕਿਉਂਕਿ ਨੌਨ ਐਸ ਡੀ ਐਸ ਕੇਸਾਂ ਦੇ ਰਿਫਿਊਜ਼ਲ ਨੋਰਮਲ ਨਾਲੋਂ ਕਾਫ਼ੀ ਜ਼ਿਆਦਾ ਦਿਸ ਰਹੇ ਨੇ। ਇਸ ਕਰਕੇ ਹੁਣ ਸਵਾਲ ਇਹ ਵੀ ਉੱਠਣਾ ਸ਼ੁਰੂ ਹੋ ਗਿਆ ਹੈ ਕਿ ਆਉਣ ਵਾਲੇ ਅਗਲੇ ਸੈਸ਼ਨਸ ਦੇ ਵਿੱਚ ਕੀ ਕੈਨੇਡਾ ਨੌਨ ਐਸ ਡੀ ਐਸ ਕੇਸਾਂ ਨੂੰ ਐਕਸੈਪਟ ਕਰੇਗਾ। ਨੌਨ ਐਸ ਡੀ ਐਸ ਕੇਸ ਜਿਨ੍ਹਾਂ ਨੇ ਲਗਾਉਣੇ ਆ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਜਿਹਦੇ ਨਾਲ ਪੋਸੀਬਿਲਟੀ ਉਹਨਾਂ ਦੇ ਵੀਜ਼ੇ ਦੀ ਵੱਧ ਸਕੇ, ਕੀ ਕੋਈ ਪੋਲਿਸੀ ਚੇਂਜ ਤਾਂ ਨਹੀਂ ਹੈਗਾ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ, ਸਾਰੀਆਂ ਗੱਲਾਂ ਅੱਜ ਦੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, ਪਹਿਲਾਂ ਤਾਂ ਮੈਂ ਚਾਹੂੰਗਾ ਆਪਾਂ ਸਟੂਡੈਂਟ ਨੂੰ ਦੱਸੀਏ ਆਪਾਂ ਗੱਲ ਕਿਉਂ ਕਰ ਰਹੇ ਹਾਂ ਨੌਨ ਐਸ ਡੀ ਐਸ ਦੀ। ਅੱਜ ਕਿੰਨਾ ਰਿਫਿਊਜ਼ਲ ਰੇਟ ਵੱਧ ਆ ਰਿਹਾ? ਦੇਖੋ ਦੀਪਕ ਜੀ, ਪ੍ਰੈਜ਼ੈਂਟ ਜੋ ਵੀ ਅਸੀਂ ਅੱਜ ਸੈਪਟੈਂਬਰ ਮੰਥ ਦੇ ਵਿੱਚ ਗੱਲ ਕਰ ਰਹੇ ਹਾਂ ਉਹਦੇ ਵਿੱਚ ਦੇਖ ਰਹੇ ਹਾਂ ਤਾਂ ਸਟੂਡੈਂਟ ਦੀਆਂ ਕਲਾਸਾਂ ਸਟਾਰਟ ਹੋ ਰਹੀਆਂ ਨੇ, ਰਿਜ਼ਲਟ ਨਹੀਂ ਆ ਰਹੇ, ਡੈਫਰਮੈਂਟ ਮਿਲ ਰਹੀਆਂ ਨੇ ਅਤੇ ਇੱਕ ਇੱਕ ਇਨਟੇਕ ਕਰਕੇ ਜੰਪ ਕਰਕੇ ਵੀ ਮਿਲ ਰਹੀਆਂ ਨੇ। ਸੋ ਉਹਦੇ ਦੌਰਾਨ ਜਿਹੜੇ ਸਟੂਡੈਂਟ ਦੇ ਰਿਜ਼ਲਟ ਨਹੀਂ ਆਏ, ਕੁਝ ਨੂੰ ਔਨਲਾਈਨ ਕਲਾਸਿਸ ਲਾਉਣ 'ਚ ਤੰਗੀ ਆ ਰਹੀ ਹੈ, ਕਿਸੇ ਦੇ ਰਿਫੰਡ ਪੋਲਿਸੀ ਫੇਵਰ 'ਚ ਨਹੀਂ ਜਾ ਰਹੀ, ਤਾਂ ਬਹੁਤ ਸਾਰੇ ਪੈਰਾਮੀਟਰਸ ਨੇ ਇੱਕ ਬਹੁਤ ਅਹਿਮ ਰੋਲ ਪਲੇ ਕੀਤੇ ਇਹ ਸਾਰੇ ਪ੍ਰੋਸੈਸ ਦੇ ਦੌਰਾਨ, ਜਿਹਦੇ ਵਿੱਚ ਰਿਜੈਕਸ਼ਨਸ ਦੇਖਣ ਨੂੰ ਵੀ ਮਿਲੀਆਂ ਔਰ ਵੀਜ਼ਾ ਦੇ ਅਪਰੂਵਲ ਦੇਖਣ ਨੂੰ ਵੀ ਮਿਲੇ। ਦੋਨੋਂ ਹੀ ਚੀਜ਼ਾਂ ਬਹੁਤ ਗੁੱਡ ਅਮਾਊਂਟ ਦੇ ਵਿੱਚ ਸੀ ਜਾਂ ਜ਼ਿਆਦਾ ਨੰਬਰ ਦੇ ਵਿੱਚ ਸੀ ਮੈਂ ਕਹਿ ਸਕਦਾ। ਰੀਜ਼ਨ, ਕਿਉਂਕਿ ਜੋ ਐਪਲੀਕੇਸ਼ਨ ਦੀ ਡਿਵੀਜ਼ਨ ਮਲਟੀਪਲ ਇਨਟੇਕਸ ਦੇ ਵਿੱਚ ਹੋਣੀ ਸੀ, ਉਹਦੇ ਵਿੱਚ ਉਹਨਾਂ ਦੇ ਵੀਜ਼ੇ ਵੀ ਆਉਣੇ ਸੀ, ਉਹਨਾਂ 'ਚ ਉਹਨਾਂ ਦੀਆਂ ਰਿਜੈਕਸ਼ਨ ਵੀ ਆਉਣੀਆਂ ਸੀ, ਉਹ ਸਾਰੀਆਂ ਕੰਕਲੂਡ ਹੋ ਕੇ ਐਟ ਦਾ ਐਂਡ ਸੈਪਟੈਂਬਰ ਇਨਟੇਕ ਦੇ ਵਿੱਚ ਆਈਆਂ। ਔਰ ਜਿਹਦੇ ਵਿੱਚ ਖਾਸ ਤੌਰ 'ਤੇ ਆਪਾਂ ਰਿਫਿਊਜ਼ਲ ਦੇਖੀ ਨੌਨ ਐਸ ਡੀ ਐਸ ਐਪਲੀਕੇਸ਼ਨਸ ਦੀ। ਹੁਣ ਜਦੋਂ ਖਾਸ ਤੌਰ 'ਤੇ ਗੱਲ ਕੀਤੀ ਜਾਂਦੀ ਹੈ ਤਾਂ ਸਟੂਡੈਂਟ ਦੇ ਮਾਇੰਡ ਦੇ ਵਿੱਚ, ਪੇਰੈਂਟਸ ਦੇ ਮਾਇੰਡ ਦੇ ਵਿੱਚ ਇੱਕ ਸਵਾਲ ਉੱਠਦਾ ਕਿ ਨੌਨ ਐਸ ਡੀ ਐਸ ਐਪਲੀਕੇਸ਼ਨ ਨੂੰ ਵਾਕੇ ਡੈਲੀਬਰੇਟਲੀ ਜਿਹੜਾ ਰਿਜੈਕਟ ਕੀਤਾ ਗਿਆ ਸੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਅਸੈਪਟ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ, ਉਹਦੇ ਉੱਤੇ ਕੀ ਸਵਾਲ ਰਹਿਣਗੇ। ਸੋ ਫਸਟ ਆਫ ਆਲ ਮੈਂ ਇੱਕ ਚੀਜ਼ ਕਲੀਅਰ ਕਰ ਦਿੰਦਾ ਕਿ IRCC ਕਦੀ ਵੀ ਕਿਸੇ ਵੀ ਐਪਲੀਕੇਸ਼ਨ ਨੂੰ ਜਾਣ ਬੁੱਝ ਕੇ ਰਿਜੈਕਟ ਨਹੀਂ ਕਰਦੀ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਪਨਸੇਸ਼ਨ ਜ਼ਰੂਰ ਹੁੰਦੀ ਹੈ। ਤੁਹਾਡਾ ਕਹਿਣ ਦਾ ਮਤਲਬ ਹੈ ਕੁਛ ਗਲਤੀਆਂ ਸਟੂਡੈਂਟਸ ਨੇ ਕੀਤੀਆਂ ਸੀ ਨੌਨ ਐਸ ਡੀ ਐਸ ਵਾਲਿਆਂ ਨੇ, ਖਾਸ ਕਰਕੇ ਤਾਂ ਰਿਜੈਕਸ਼ਨ ਜ਼ਿਆਦਾ ਆ ਰਹੀ ਹੈ, ਮਤਲਬ ਪਾਲਿਸੀ ਚੇਂਜ ਨਹੀਂ ਕੋਈ ਲੱਗ ਰਿਹਾ? ਬਿਲਕੁਲ ਦੀਪਕ ਜੀ, ਖਾਸ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਹਾਈਲਾਈਟ ਕਰੂੰਗਾ। ਜਦੋਂ ਆਪਾਂ SDS ਐਪਲੀਕੇਸ਼ਨ ਲਾਉਂਦੇ ਹਾਂ ਤਾਂ ਉਹਦੀ ਇੱਕ ਰਿਕੁਆਇਰਮੈਂਟ ਬੜੀ ਸਿੱਧੀ ਸਿੱਧੀ ਜੀ ਹੈ, 60% ਸਟੂਡੈਂਟ ਦੇ ਹੈਗੇ ਆ, 6 ਉਹਦਾ ਸਟੂਡੈਂਟ ਦਾ IELTS ਦਾ ਸਕੋਰ ਹੈ। ਹੁਣ ਜਦੋਂ ਇਸ ਅਕੈਡਮਿਕ ਕ੍ਰੈਡੀਬਿਲਟੀ ਪਲੱਸ ਇੰਗਲਿਸ਼ ਸਕੋਰ ਦੇ ਉੱਤੇ ਸਟੂਡੈਂਟ ਬੈਠਾ ਹੁੰਦਾ ਤਾਂ ਉਹਦੇ ਕੋਲ ਵਾਈਡ ਵਰਾਇਟੀ ਆਫ ਆਪਸ਼ਨਸ ਹੁੰਦੀ ਹੈ, ਬਹੁਤ ਸਾਰੇ ਆਪਸ਼ਨਸ ਉਹਦੇ ਕੋਲ ਅਵੇਲੇਬਲ ਹੁੰਦੇ ਆ, ਜਿਹਦੇ ਵਿੱਚ ਉਹਦੀ ਲੋਕੇਸ਼ਨ ਜਿਹੜੀ ਹੈ ਜ਼ਿਆਦਾ ਮੈਟਰ ਨਹੀਂ ਕਰਦੀ, ਕਿਉਂਕਿ ਉਹਨੂੰ ਹਰ ਲੋਕੇਸ਼ਨ ਦੇ ਉੱਤੇ ਕਿਤੇ ਨਾ ਕਿਤੇ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਮਿਲਦਾ। ਹੁਣ ਜਦੋਂ ਨੌਨ ਐਸ ਡੀ ਐਸ ਐਪਲੀਕੇਸ਼ਨ ਦੀ ਆਪਾਂ ਗੱਲ ਕਰਾਂਗੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ 6 ਓਵਰਆਲ, ਇੱਕ ਮੋਡਿਊਲ 'ਚ 5.5, ਹੁਣ ਉਹ 5.5 ਬੈਂਡ ਰੀਡਿੰਗ 'ਚ ਹੈ, ਰਾਈਟਿੰਗ 'ਚ ਹੈ, ਲਿਸਨਿੰਗ 'ਚ ਹੈ, ਸਪੀਕਿੰਗ 'ਚ ਹੈ, ਕਿਹਦੇ ਵਿੱਚ ਹੈਗਾ? ਫਸਟ ਆਫ ਆਲ ਆਪਾਂ ਨੂੰ ਇਹ ਕੰਸੀਡਰ ਹੋਣਾ। ਸੈਕਿੰਡ ਕੇਸ ਆਉਂਦਾ ਜੀ PTE ਨੂੰ ਲੈ ਕੇ। ਸੋ ਇੱਥੇ ਹੁਣ ਕੀ ਹੁੰਦਾ ਕਿ ਪ੍ਰੋਗਰਾਮ ਦੀ ਸਿਲੈਕਸ਼ਨ ਜਿਹੜੀ ਆ ਉਹ ਲਿਮਿਟਿਡ ਹੋ ਜਾਂਦੀ ਹੈ। ਸਟੂਡੈਂਟ ਕੀ ਕਰਦਾ ਜੀ, ਮੈਂ ਤਾਂ ਇਸ ਸ਼ਹਿਰ 'ਚ ਇਸ ਕਾਲਜ 'ਚ ਹੀ ਐਡਮਿਸ਼ਨ ਲੈਣੀ ਹੈ, ਮੈਨੂੰ ਤਾਂ ਹੋਰ ਕਿਸੇ ਚੀਜ਼ ਨਾਲ ਮਤਲਬ ਹੀ ਕੋਈ ਨਹੀਂ, ਮੇਰਾ ਫਰੈਂਡ ਇੱਥੇ ਪੜ੍ਹਦਾ, ਮੇਰਾ ਰੈਲੇਟਿਵ ਇੱਥੇ ਪੜ੍ਹਦਾ, ਮੇਰਾ ਰੈਲੇਟਿਵ ਇੱਥੇ ਰਹਿੰਦਾ। ਉੱਥੇ ਆ ਕੇ ਕੀ ਹੁੰਦਾ, ਫਿਰ ਸਟੂਡੈਂਟ ਕੰਪਨਸੇਟ ਕਰਦਾ ਆਪਣੇ ਪ੍ਰੋਗਰਾਮ ਦੇ ਨਾਲ। ਫਿਰ ਉਹ ਪ੍ਰੋਗਰਾਮ ਕਈ ਵਾਰੀ ਇੱਦਾਂ ਦਾ ਫਾਈਂਡ ਕਰਦਾ ਜਿਹੜਾ ਕਿ ਨੌਨ ਰੈਲੇਵੈਂਟ ਹੈ ਜਾਂ ਉਹਦੇ ਵਿੱਚ ਉਹਦੀ ਅਕੈਡਮਿਕ ਕ੍ਰੈਡੀਬਿਲਟੀ ਜਿਹੜੀ ਹੈ ਉਹ ਪ੍ਰੂਵ ਨਹੀਂ ਹੋ ਰਹੀ। ਸੋ ਸਭ ਤੋਂ ਵੱਡੀ ਗਲਤੀ ਇਹ ਹੈਗੀ ਹੈ। ਫਿਰ ਉਸ ਤੋਂ ਬਾਅਦ PTE ਵਾਲਾ ਸਟੂਡੈਂਟ ਕੀ ਕਰਦਾ, PTE ਵਾਲੇ ਸਟੂਡੈਂਟ ਨੂੰ ਇਹ ਲੱਗਦਾ ਕਿ ਮੇਰੇ 53 ਓਵਰਆਲ ਆ ਗਏ, ਨੋਟ ਲੈਸ ਦੈਨ 51 ਹੈ, ਤਾਂ ਮੇਰਾ ਤਾਂ 6 ਹੋ ਗਿਆ, ਮੈਂ ਤਾਂ ਹੁਣ ਕਿਤੇ ਵੀ ਜਾ ਸਕਦਾ। ਇੱਦਾਂ ਵੀ ਨਹੀਂ ਹੈ, PTE ਦੀਆਂ ਰਿਕੁਆਇਰਮੈਂਟਸ ਨੂੰ ਲੈ ਕੇ ਇੱਕ ਸਪੈਸੀਫਿਕੇਸ਼ਨ ਦਿੱਤੀ ਹੁੰਦੀ ਹੈ ਹਰ ਇੱਕ ਪ੍ਰੋਗਰਾਮ ਨੂੰ ਲੈ ਕੇ। ਸੋ ਉਹ ਹਰ ਇੱਕ ਕਾਲਜ ਦੇ ਵਿੱਚ ਅਵੇਲੇਬਲ ਨਹੀਂ ਹੈ, ਹਰ ਇੱਕ ਟ੍ਰੇਡ ਦੇ ਵਿੱਚ PTE ਜਿਹੜੀ ਹੈ ਉਹ ਅਸੈਪਟਿਡ ਨਹੀਂ ਹੈ। ਉਹ ਡਿਪੈਂਡ ਹੈ ਤੁਸੀਂ ਕਿਹੜੀ ਟ੍ਰੇਡ ਦੇ ਕਿਹੜੇ ਲੈਵਲ ਆਫ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ। ਸਕਦਾ ਕਿਸੇ ਅੰਡਰ ਗ੍ਰੈਜੂਏਟ ਡਿਪਲੋਮਾ ਇੰਜੀਨੀਅਰਿੰਗ ਪ੍ਰੋਗਰਾਮ ਦੇ ਵਿੱਚ PTE ਅਸੈਪਟ ਹੁੰਦੀ ਹੋਵੇ ਇੱਕ ਕਾਲਜ ਦੇ ਵਿੱਚ, ਪਰ ਦੂਸਰੇ ਵਿੱਚ ਅਦਰ ਸਪੈਸ਼ਲਾਈਜੇਸ਼ਨ ਦੇ ਵਿੱਚ PTE ਅਸੈਪਟ ਨਾ ਹੁੰਦੀ ਹੋਵੇ। ਸੋ ਇੱਦਾਂ ਦੀਆਂ ਬਹੁਤ ਸਾਰੇ ਸਟੂਡੈਂਟ ਗਲਤੀਆਂ ਕਰਦੇ ਨੇ ਜਿਹਦੇ ਕਰਕੇ ਨੌਨ SDS ਦੇ ਉੱਤੇ ਰਿਜੈਕਸ਼ਨ ਜ਼ਿਆਦਾ ਆਉਂਦੀ ਹੈ। ਫਿਰ ਆਪਾਂ ਦੇਖਿਆ
कि इनकम सोर्सिस लैके फंडस नैके बहुत ज़्यादा डिटेल के IRCC ने भी रिकमेंड किया कि जड़िया एप्लीकेशन नॉन SDS आ रही ने जनरल कैटेगरी आ रही ने वो अपने इनकम प्रूफ प्लस फंडस थोड़ा जहा इलैबोरेट करके दसन ताकिया नैक्सट ईयर दिविंग कॉस्ट जो भी थोड़िया एक्सपेंसिज ने किस तरीके बीयर करोगे। हूँ इतने सवाल उठता है स्टूडेंट के माइंड च कि आने वाले समय के नॉन SDS एप्लीकेशन एक्सैप्ट होगी कि नहीं होगी। देखो दीपक जी, नॉन SDS के उत्ते भी वीज़ा आता है। शर्त की है कि तुम अपने इंग्लिश के स्कोर चैक किए, आयल्स का की स्कोर है, किन्नी रिक्वायरमेंट तुहाडी चल रही है, किहड़े प्रोग्राम च तुसी अप्लाई कर रहे हो और उहदे अकॉर्डिंगली तुसी अपनी कंप्लीट रेलेवेंसी नूं किन्ना क जस्टिफाई कर रहे हो। सो अगर इन्हां पॉइंट्स नूं आपां ध्यान च रख के चलांगे तां आउण वाले समें दे विच वी वीज़ा आउणगे। बट जिहड़े ट्रेंड की गल हुंदी है ना दीपक जी, बहुत आप देखते हैं स्टूडेंट गल करता है भी असीं तां हले वॉच कर रहे हैं, वो वॉच जो किया सनैरी उहदे तों सिखिया की स्टूडेंट प्रेजेंटली जनवरी इनटेक च अपलाई कर रहा, मई इनटेक च 2022 दे अपलाई कर रहा, जे तुहाडे एक मोड्यूल चो 5.5 है ने PTE चो स्कोर कटने तुहानू ऑफर मिल रहा तो ऑफर लो, उस तो बाद घर च बैठ के हाथ ते हाथ रख के सिर्फ ऑफर की वेट, फीस ट्रांसफर करन की वेट, LOA लैण की वेट, GIC ट्रांसफर करन की वेट ना करो, अपने आप दियां इंप्रूवमेंट दे उत्ते वर्क करो जिहदे नाल तुहाडा टाइम भी यूटिलाइज होवे और तुहाडा करियर भी एक ब्राइट स्टेज दे विच एंटर हो। जी किते ना किते ये भी मैसेज तुसी देना चाह रहे हो, मैनूं लगता है कि पहली कोशिश यह होवे कि थोड़ी फाइल जिहड़ी SDS दे विच जा सके। बिल्कुल जी। सो दोस्तों, आयल्स तो कतराना थोड़ा जहा घट करो, कोशिश करो, अटैम्प्ट सीरीयसली करया करो क्योंकि बहुत सारिया ओपरचुनिटीज़ फिर घट जांदियां जे आयल्स का स्कोर किते ना किते लो लैवल ते रह जांदा। इस तो अलावा जिहड़े भी करंट टॉपिक्स ने उहदे ते असीं थोड़े तक वीडियोज़ लैके रेगूलरली पहुँचते रहने हैं ताकि तुसी अपडेट रह सको अपनी फाइल लगाने तो पहला। सो चैनल नूं जरूर सबसक्राइब करके रखो। धन्यवाद। थैंक यू जी।